ਵੀ ਆਪਣੀ ਬੀਬੀ ਆ ਜਿਹੜੀ ਵਜ਼ੀਰੇ ਆਲਾ ਸਾਹਿਬ ਆ, ਵੀ ਮੈਂ ਇਹਦੇ ਕੋਲ ਜਾਂਦਾ ਰਵਾਂ, ਇਹਦੀ ਮਿੰਨਤ ਤਰਲਾ ਕਰਾਂ ਯਾਰ, ਕਿ ਬੀਬੀ ਜੀ ਆ ਵੇਖ ਲਓ ਅੱਲਾ ਦਾ ਨਾਂ ਤੇ ਨੇੜੂ ਹੋ ਕੇ ਤੁਹਾਨੂੰ ਵਿਖਾਣਾ ਦੀ ਅੱਖਾਂ ਚ ਵੇਖਣਾ ਵੀ ਕੀ ਹੈ ਮਾਸ਼ਾਅੱਲਾ। 2.5 ਕਿਲੋ ਸੁਰਮੇ ਦੀ ਅੱਖਾਂ ਚ 1,45,000 ਰੁਪਏ 1,45 ਅਸਲਾਮੁਅਲੈਕੁਮ ਗਾਈਜ਼, ਵੈਲਕਮ ਬੈਕ ਇੱਕ ਨਵੇਂ ਤੇ ਬਿਹਤਰੀਨ ਵਲੋਗ ਦੇ ਨਾਲ ਹੋ ਗਿਆ ਜੀ ਹਾਜ਼ਰ। ਕੀ ਹਾਲ ਚਾਲ ਹੈ ਮੇਰੇ ਸਾਰੇ ਦੋਸਤਾਂ ਦਾ, ਵੀਰਾਂ ਦਾ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ ਔਰ ਸਾਡੀ ਵੀ ਇਹ ਦੁਆ ਅੱਲਾਹ ਪਾਕ ਹਮੇਸ਼ਾ ਉਹਨਾਂ ਨੂੰ ਖੁਸ਼ ਰੱਖੇ। ਕਾਸਮ ਅਲੀ ਜੀ ਮੇਰਾ ਬੇਲੀ ਹੈ ਪੁਰਾਣਾ, ਅਤੇ ਉਹਦੇ ਕੋਲ ਹਾਜ਼ਰ ਹੋਇਆ, ਕੰਮ ਹੈ ਮੈਨੂੰ ਉਹਦੇ ਨਾਲ, ਉਹਦੇ ਡੇਰੇ 'ਤੇ ਪਹੁੰਚ ਗਿਆ ਮਗਰ ਖੜੀ ਬੈਠਕ 'ਤੇ। ਹੁਣ ਚੱਲ ਕੇ ਵੇਖਦੇ ਹਾਂ ਵੀ ਅੰਦਰ ਬੈਠਾ ਜਾਂ ਕਿ ਨਹੀਂ ਬੈਠਾ। ਇਹ ਕੀ ਹੈ, ਇਹ ਕੀ ਹੈ ਗਰਮੀ ਲੱਗੀ ਆ ਜੀ ਯਾਰ, ਰਾਤ ਦੇ ਗਰਮੀ ਉਧਰੋਂ ਮੰਜੇ ਸਾਰਾ ਵਲੌਗ ਦੇ ਵਿੱਚ ਹੀ, ਕੱਲ ਇੱਕ ਛੋਟੀ ਜਿਹੀ ਵਲੌਗ ਹੀ ਕਾਲਾ ਕਰ ਦਿੱਤਾ ਜੀ। ਕਾਸਮ ਅਲੀ ਕੋਲ 21 ਮਾਡਲ 70 ਮੋਟਰਸਾਈਕਲ ਹੈ, ਤੁਹਾਡੇ ਗਾਹਕ ਆ ਗਏ ਨੇ, ਗਾਹਕ ਅੱਗੋਂ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਇਹ ਕੀ ਹੋ ਗਿਆ, ਇੱਕ ਵਾਰੀ ਕੈਮਰਾ ਚੱਲ ਪਿਆ, ਹੁਣ ਟਰਾਈ ਟਰੂਈ ਲੈਣਗੇ ਜੀ, ਠੀਕ ਮੋਟਰਸਾਈਕਲ ਦੀ ਵੇਖ ਲੈਂਦੇ ਹਾਂ ਵੀ ਸੌਦਾ ਹੁੰਦਾ ਨਹੀਂ ਹੁੰਦਾ, ਕਿੰਨੇ 'ਚ ਹੁੰਦਾ। ਇਹ ਭਾਈ ਹੋਰਾਂ ਨੇ ਲੈਣਾ ਮਾਸ਼ਾਅੱਲਾ ਜੀ, ਉਹਨਾਂ ਦਾ ਹੱਕ ਬਣਦਾ ਪੂਰੀ ਗੱਡੀ ਤਸੱਲੀ ਨਾਲ ਚੈੱਕ ਕਰਨ। ਕਿਹੜਾ ਮੇਰੇ ਰੰਗ ਲੱਗ ਗਿਆ ਅਜਾ ਜ਼ਾਲਮੋ, ਕਲੀ ਕੱਚੀ ਕਰਾਈ ਜੇ, ਰੰਗ ਪੱਕਾ ਕਰਵਾਓ। ਬੱਗੀ ਹੁਣ ਲੁਕਦਾ ਫਿਰ ਇੱਧਰ ਆ, ਮੈਂ 10,000 ਰੁਪਇਆ ਲੈਣਾ ਜੀ ਵੀਡੀਓ ਸਹੀ ਹੋ ਚਾੜ ਦਿੱਤਾ ਅੱਲਾ ਵਾਸਤੇ, ਕੋਈ ਫੇਰ ਤੂੰ ਰਹਿਣ ਦੇ, ਤੂੰ ਨਾ ਵੀਡੀਓ ਚੱਲ ਨਿਕਲ, ਵੀਡੀਓ ਚ ਨਿਕਲ ਚੱਲ। ਇਹ ਬੜਾ ਜੀ ਖਰਾਬ ਆ ਜਿਹੜਾ ਬੱਗੀ ਹੈ, ਮੈਂ ਨੇੜੂ ਹੋ ਕੇ ਤੁਹਾਨੂੰ ਵਿਖਾਣਾ ਦੀ ਅੱਖਾਂ 'ਚ ਵੇਖਣਾ ਵੀ ਕੀ ਹੈ ਮਾਸ਼ਾਅੱਲਾ। 2.5 ਕਿਲੋ ਸੁਰਮੇ ਦੀ ਅੱਖਾਂ 'ਚ ਪਾਇਆ ਹੋਇਆ, ਚਲੋ ਜੀ ਪਸੰਦ ਕਰ ਰਹੇ ਉਹਨਾਂ ਨੂੰ ਇੱਕ ਵਾਰੀ ਕਰ ਲੈਣ ਦੇਣਾ ਬੱਗੀ, ਇਹ ਰੇਟ ਰੂਟ ਦੀ ਵੀ ਗੱਲ ਹੁੰਦੀ ਨਾ, ਸਮਾਨ ਆਏ ਇਹ ਉਸਮਾਨ ਹੈ, ਇਹ ਉਸਮਾਨ ਹੈ ਮਾਸ਼ਾਅੱਲਾ, ਐ ਹੀ ਬੜੇ ਨਾ ਹੀ ਮਿਕਸ ਜਿਹਾ ਹੋ ਜਾਂਦੇ ਨੇ। ਉਹ ਗਿਆ ਜੀ ਬੰਦਾ ਟਰਾਈ ਲੈਣ, ਉਹ ਨਵੇਂ ਪਠਾਨ ਵਾਲੀ ਗੱਲ ਤਾਂ ਹਟੇ ਹੀ ਨਾ, ਤੁਹਾਡੇ ਵੇਖ ਕੇ ਲੈ ਗਿਆ, ਇਹ ਕਹਿ ਦਰੂ ਕਿ ਮੈਂ ਗੇੜਾ ਲੈ ਜਾਂਦੇ, ਕਹਿ ਦਰੂ ਜਦੋਂ ਉਧਰ ਆਉਂਦਾ ਨਿਕਲ ਜਾਂਦਾ ਸਿੱਧਾ ਹੀ, ਅਸੀਂ ਐਂ ਪਾ ਕੁਦ ਨੂੰ ਮੋਟਰਸਾਈਕਲਾਂ ਦੇ ਮੇਲੇ ਲੱਗੇ ਖੜੇ ਨੇ ਜੀ ਬਾਬੇ ਅਨਵਰ ਦੇ ਡੇਰੇ ਤੇ। ਇਹ ਤੇਰੀ ਬਾਈ ਮਾਡਲ, ਬਾਈ ਵੀ ਹੈ, 21 ਵੀ ਹੈ, ਜਿਹੜਾ ਵੀ ਕੋਈ ਮਾਡਲ ਲੈਣਾ ਚਾਹੇ ਇੱਥੋਂ ਨਿਕਲ ਜਾਏਗਾ ਇਨਸ਼ਾਅੱਲਾ। 57 ਭਾਈ ਉਹਨਾਂ ਨੇ ਪਸੰਦ ਕੀਤੀ ਮੋਟਰਸਾਈਕਲ, ਉਹਨਾਂ ਨੇ ਕਿਹਾ ਭਾਈ ਜੀ ਕਾਗਜ਼ ਵੀ ਵਿਖਾਓ, ਅਸੀਂ ਚੈੱਕ ਕਰੀਏ ਵੀ ਕਾਗਜ਼ ਸਹੀ ਨੇ, ਹਾਂ ਵੀ ਫਿਰ ਰੇਟ ਵੀ ਮੁੱਕ ਲਈਏ, ਫਿਰ ਬਾਅਦ ਚ ਕਾਗਜ਼ਾਂ ਤੇ ਰੌਲਾ ਬਣ ਜਾਏ, ਸ਼ੀਸ਼ੇ ਵੀ ਲੱਗੇ ਹੋਏ। ਵਾਹ
ਤੇਰੀ ਜੂਏ ਚਲੋ ਜਿਹੜੀ ਉਹਨਾਂ ਨੂੰ ਪਸੰਦ ਆਉਂਦੀ ਫਿਰ ਉਹਦਾ ਆਪਾਂ ਰੇਟ ਕਰ ਲੈਣਾ ਕਿਉਂ ਜੀ ਠੀਕ ਹਾਂ ਇੱਧਰ ਵੇਖੋ ਬਾਬੇ ਅਸਲ ਬਾਬੇ ਦੀ ਗੱਡੀ ਸੀ ਜੀ ਚਾਬੀ ਦੇ ਦਿੱਤੀ ਜੇਬ ਚ ਰੱਖਦੇ ਨੇ ਚਲੋ ਜੀ ਹੁਣ ਤੁਸੀਂ ਟਰਾਈ ਉਹਦੀ ਲੈ ਕੇ ਆਓ ਯਾਰ ਬਸ ਹੁੰਦੀ ਇੱਕ ਇੱਕ ਤੇ ਨਹੀਂ ਸਟਾਰਟ ਅੱਧੀ ਤੇ ਰੇਟ ਦੀ ਗੱਲ ਹੋਣ ਲੱਗੀ ਭਾਈ ਉਹਨਾਂ ਨੇ ਰੇਟ ਪੁੱਛਿਆ ਦੱਸ ਉਹਨਾਂ ਨੂੰ 1,45,000 ਮੋਟਰਸਾਈਕਲ ਉਹ ਹੈਗੀ ਤੇ ਉਹਨੇ ਮੰਗਣਾ ਯਾਰ ਕੋਈ ਗੱਲ ਲੈਣ ਦੇਣ ਵਾਲੀ ਕਰਿਆ ਜੀ ਹੁਕਮ ਕਰੋ ਦੱਸੋ ਐਵੇਂ ਮੇਰੀ ਵੀਡੀਓ ਨਾਲ ਲੰਮੀ ਕਰ ਦਿਆ ਜੀ ਦੱਸੋ ਸਹੀ ਆ ਜਾਓ ਅੰਦਰ ਤਾਂ ਉਹ ਨਹੀਂ ਨਹੀਂ ਗੱਲ ਸਹੀ ਹੈ ਆ ਗਈ ਵਾਰੀ ਹੁਣ ਅੰਦਰ ਨੱਸ ਗਿਆ ਉਹ ਕਿੱਥੇ ਜਾ ਬੈਠਾ ਮੁੱਲ ਬਣਾਏ ਬਣਦਾ ਹੁੰਦਾ ਭਾਈ ਉਰਿਆਂ ਦੇ ਰੇਟ ਪਸੰਦ ਨਹੀਂ ਆਇਆ ਤੇ ਉਹਨਾਂ ਨੇ ਕਿੱਕ ਮਾਰੀ ਤੇ ਆਦਿ ਮੋਟਰਸਾਈਕਲ ਤੇ ਜਾਂਦੇ ਰਹੇ ਨੇ ਆਹ ਬੱਗੀ ਤੇ ਆਕਾਸ਼ ਨੂਰ ਸਮਾਨ ਜਿਹੜਾ ਨਾ ਉਹ ਅੱਜ ਆਦੇ ਝੋਨੇ ਨੂੰ ਪਾਊ ਕੀ ਪਾਊ ਇਹ ਮੋਨੋ ਜੀ ਮੋਨੋ ਪਾਊ ਹਾਂ ਇਹ ਤਣੇ ਵਾਲੀ ਸੁੰਡੀ ਵਾਸਤੇ ਆਂਦੇ ਨੇ ਜ਼ਰਾਇਤ ਵਾਲੇ ਬਿਹਤਰੀਨ ਅੱਛੀ ਹੈ ਅੱਛਾ ਤੇ ਇਹ ਜਨਾਬ 20 ਕਿੱਲੇ ਦੇ ਵਿੱਚ ਪਾ ਰਹੇ ਆ ਜੀ 1.5 ਥੈਲੀ ਅੱਛਾ 3 ਥੈਲੀਆਂ 2 ਕਿੱਲਿਆਂ ਚ ਹਾਂ ਤੇ ਨਾਲ ਯੂਰੀਆ ਖਾਦ ਦੀ ਬੂਟੀ ਅੱਛਾ ਲਾ ਕੇ ਹਾਂ ਤੇ ਫਿਰ ਤੇ ਝੋਨਾ ਕਰਨਾ ਚੁਰਲੂ ਮੁਰਲੂ ਤੇ ਉਹ ਝੋਨੇ ਦਾ ਰੇਟ ਹੈ ਕੋ ਨਹੀਂ ਜੀ ਜਿਹੜੀ ਹੈ ਜੀ ਹਕੂਮਤ ਉਹ ਸੁੱਤੀ ਪਈ ਹੈ ਅੱਛਾ ਤੇ ਬੰਦੇ ਜਾਗ ਪਏ ਨੇ ਅੱਲਾ ਵਾਰਸ ਹੈ ਜੀ ਜ਼ਿਮੀਦਾਰ ਹੋਰ ਕੀ ਜਾਗਦਾ ਪਿਆ ਰਹੀ ਜੀ ਕਰਦਾ ਹੈ ਨਾ ਹਾਂ ਵੀ ਆਪਣੀ ਬੀਬੀ ਹੈ ਜਿਹੜੀ ਵਜ਼ੀਰੇ ਆਲਾ ਸਾਹਿਬਾ ਹਾਂ ਵੀ ਮੈਂ ਇਹਦੇ ਕੋਲ ਜਾਂਦਾ ਰਵਾਂ ਹਾਂ ਇਹਦੀ ਮਿੰਨਤ ਤਰਲਾ ਕਰਾਂ ਯਾਰ ਕਿ ਬੀਬੀ ਜੀ ਆਹ ਵੇਖ ਲਓ ਅੱਲਾ ਦਾ ਨਾਂ ਤੇ ਕਿਸਾਨਾਂ ਦੇ ਬਾਰੇ ਚ ਸੋਚ ਲਓ ਅੱਲਾ ਪਾਕ ਤੈਨੂੰ ਦੁਬਾਰੇ ਵਜ਼ੀਰੇ ਆਲਾ ਬਣਾਵੇ ਫੇਰ ਬਣਾਵੇ ਫੇਰ ਬਣਾਵੇ ਸਾਰੀ ਉਮਰ ਵਾਸਤੇ ਬਣਾਵੇ ਲਓ ਜੀ ਨੂਰ ਸਮਾਨ ਨੇ ਜਿਹੜਾ ਨਾ ਬੜੀ ਸੋਹਣੀ ਦੁਆ ਦੇ ਦਿੱਤੀ ਹਾਂ ਬਿਲਕੁਲ ਜੀ ਅੱਲਾ ਪਾਕ ਤੈਨੂੰ ਦੱਸਾਂ ਵੀ ਇਹਨੂੰ ਕਿਸਾਨਾਂ ਦੇ ਬਾਰੇ ਚ ਵਜ਼ੀਰਾਂ ਨੂੰ ਆਖੇ ਕਿ ਤੁੰਨ ਕੇ ਰੱਖੋ ਜਿਹੜੇ ਚੀਜ਼ਾਂ ਸਸਤੀਆਂ ਲੈਂਦੇ ਨੇ ਜਿਹੜੇ ਕਰਪਸ਼ਨ ਕਰਦੇ ਨੇ ਉਹਨਾਂ ਨੂੰ ਪਕੜੇ ਖਾਂ ਠੀਕ ਹੈ ਤੇ ਕਿਸਾਨ ਵਿਚਾਰੇ ਰੁਲੇ ਪੈਣ ਕਿਸਾਨਾਂ ਦੇ ਬਾਰੇ ਸੋਚ ਲਵੇ ਅਗਲਾ ਤਾਂ ਤੇਰੇ ਸਾਹਮਣੇ ਕਿਸੇ ਨੂੰ ਫਲ ਹੀ ਨੀ ਲੱਗਾ ਤੇ ਜੇ ਕੋਈ ਹੋਇਆ ਤੇ ਉਹ ਕੋਈ ਆਂਦੇ ਨੇ ਜੀ 1400 ਨੂੰ 1500 ਨੂੰ 1800 ਨੂੰ ਅਜੇ ਤਾਂ ਪਿਆ ਵਿਕਦਾ ਓਏ ਹੋਏ ਹਾਂ ਤੇ ਕੱਲ੍ਹ ਦਾ ਪਤਾ ਨਹੀਂ ਖਰਚਾ ਜਿਹੜਾ ਭੈਣ ਚੋ 50-60 ਰੁਪਈਆ ਜਿਹੜਾ ਉਹ ਨਿਰਾ ਖਾਦਾਂ ਦਾ ਹੋਇਆ ਪਿਆ ਤੇ ਪਾਣੀ ਤੇ ਉਹ ਸਪਰੇਵਾਂ ਤੇ ਉਹ ਤਾਂ ਲਹਿਦਾ ਨੇ ਇਹ ਦੁੱਖ ਸੁਣ ਰਿਹਾ ਹਾਂਜੀ ਇੱਕ ਕਿਸਾਨ ਦੇ ਦੁੱਖ ਭਰੀ ਕਹਾਣੀ ਸੀ ਮਜ਼ਲੂਮ ਕਿਸਾਨ ਹੈ ਵਿਚਾਰਾ ਆ ਵੀ ਕਿਸਾਨ ਆ ਵੇਖ ਲਓ ਨਾ ਜੀ ਜ਼ਹਿਰਾ ਰਲਾਈ ਜਾਂਦਾ ਜ਼ਹਿਰ ਏ ਠੀਕ ਹੈ ਨਾ ਜ਼ਹਿਰਾਂ ਨਾਲ ਖੇਡਦਾ ਕਿਸਾਨ ਦਿਲ ਕਰਦਾ ਵੀ ਮੁੱਠ ਭਰਤੀ ਖਾ ਖੁ ਲਈਏ ਰਾਤ ਨੂੰ ਸੱਪਾਂ ਨਾਲ ਯਾਰ ਰੇਟ ਨਾ ਲੱਗੇ ਤਾਂ ਆਪੇ ਖਾਂਦੇ ਨਹੀਂ ਉਹ ਵੇਖਣ ਨਹੀਂ ਵੀ
ਅੱਜ ਜਿਹੜਾ ਭਾਈ ਗਜ਼ਨਫਰ ਆ ਪਿੱਛੇ ਬੈਠੇ ਹੋਏ ਨੇ, ਇਹ ਪਹਿਲੀ ਦਫ਼ਾ ਆਏ ਨੇ ਸਾਡੇ ਕੋਲ ਅਤੇ ਸਾਡੀ ਨਾ ਵੀਡੀਓ ਸ਼ੁਰੂ ਵੇਖਦੇ ਰਹਿੰਦੇ ਨੇ, ਫਨੀ ਵੀਡੀਓ ਜਿਹੜੀ ਅਸੀਂ ਕੰਟੈਂਟ ਬਣਾ ਰਹੇ ਹਾਂ ਸਟੋਰੀ, ਅਤੇ ਫੈਨ ਨੇ ਜੀ ਸਾਡੇ, ਇਹਨਾਂ ਨੇ ਸੁਬਹਾ ਸੁਬਹਾ ਆਏ ਨੇ ਅਤੇ ਇਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਨਾਲ ਜਿਹੜਾ ਨਾ ਵੀਡੀਓ ਬਣਾਉਣੀ ਚਾਹੁੰਦਾ, ਕਿਉਂਕਿ ਮੈਨੂੰ ਵੀ ਕਹਿੰਦੇ ਕਿ 3-4 ਸਾਲ ਹੋ ਗਏ ਨੇ ਮੈਂ ਟਿਕਟੋਕ 'ਤੇ ਕੰਮ ਕਰ ਰਿਹਾ, ਲੇਕਿਨ ਜਿਹੜਾ ਨਾ ਵਾਇਰਲ ਕੋਈ ਵੀਡੀਓ ਨਹੀਂ ਹੋ ਰਹੀ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੋਈ ਮਸਲਾ ਨਹੀਂ, ਤੁਸੀਂ ਟਾਈਮ ਇਹਨਾਂ ਨੂੰ ਮੈਂ ਦੇ ਦਿੱਤਾ ਸੀ ਕਿ ਇਸ ਟਾਈਮ ਤੁਸੀਂ ਆ ਜਾਣਾ ਅਤੇ ਤੁਸੀਂ ਸਾਡੇ ਨਾਲ ਵੀਡੀਓ ਬਣਾਉਣਾ। ਅੱਜ ਦੀ ਵੀਡੀਓ ਜੀ ਬੜੀ ਮਜ਼ੇਦਾਰ ਹੈ, ਉਹਦੇ ਵਿੱਚ ਇਹਨਾਂ ਨੇ ਵੀ ਐਕਟਿੰਗ ਜਿਹੜੀ ਉਹ ਕੀਤੀ ਹੈ, ਅਤੇ ਅਸੀਂ ਤਾਂ ਫਿਰ ਜ਼ਾਹਰ ਪਹਿਲਾਂ ਹੀ ਕਰਨਾ ਹੀ ਆ। ਅਤੇ ਦੂਸਰੀ ਗੱਲ ਹੈ, ਬਸ਼ਾਰਤ ਮੇਰਾ ਹੈਗਾ ਚੈਨਲ, ਤੈਨੂੰ ਪਤਾ ਹੈਗਾ ਜਿਸ ਤਰ੍ਹਾਂ ਵੀ ਫੈਸਲ ਔਫੀਸ਼ੀਅਲ ਛੇਤਰ ਦੇ ਨਾਮ 'ਤੇ ਉਹਨਾਂ ਨਾਲ ਲਾਈਕ ਸਾਰਿਆਂ ਭਰਾਵਾਂ ਨੇ ਕਰਨਾ ਹੈਗਾ, ਸਪੋਰਟ ਕਰਨੀ ਹੈਗੀ। ਲਓ ਜੀ, ਇਹ ਫੈਸਲ ਨੇ ਦੱਸ ਦਿੱਤਾ ਟਿਕਟੋਕ 'ਤੇ ਇਹਦਾ ਅਕਾਊਂਟ ਹੈ, ਅਤੇ ਇਹ ਵੀ ਵਿਚਾਰਾ ਬੜੇ ਤਰਲੇ ਤੁਰਲੇ ਮਾਰ ਲਿਆ ਵਾਇਰਲ ਹੋਣ ਦੇ, ਅਤੇ ਇਹਦੇ ਵੀ ਜਿਹੜਾ ਨਾ ਬੈਲ ਜੀ ਖੜਕਾ ਦਿਆ ਜੇ। ਤੁਸੀਂ ਵੀ ਗਜ਼ਨਫਰ ਸਾਹਿਬ ਦੱਸੋ ਆਪਣੇ ਬਾਰੇ, ਤੁਸੀਂ ਜੋ ਆਏ ਜੇ, ਕੈਸਾ ਐਕਸਪੀਰੀਅੰਸ ਰਿਹਾ? ਬੜਾ ਚੰਗਾ ਲੱਗਿਆ ਜੀ, ਉਸਤਾਦ ਜੀ ਉਸਤਾਦ ਨਾਲ ਵੀਡੀਓ ਬਣਾ ਕੇ, ਅਤੇ ਬੜੀ ਖੁਸ਼ੀ ਹੋਈ ਹੈ ਉਸਤਾਦ ਨੇ ਸਾਨੂੰ ਵੀ ਮੌਕਾ ਦਿੱਤਾ ਆਪਣੇ ਨਾਲ ਵੀਡੀਓ ਬਣਾ।